ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਸਾਰਿਆਂ ਦੇ? ਠੀਕ ਠਾਕ ਹੋ ਜੀ? ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਹਰਕਿਰਤ ਦੇ ਬਰਥਡੇ ਪਾਰਟੀ ਦੀਆਂ ਤਿਆਰੀਆਂ ਕਾਫੀ ਦਿਨਾਂ ਤੋਂ ਚੱਲਣ ਡਈਆਂ ਨੇ, ਸੋ ਫਾਈਨਲੀ ਅੱਜ ਉਹ ਦਿਨ ਆ ਗਿਆ ਆ ਤੇ ਅੱਜ ਆਪਾਂ ਹਰਕਿਰਤ ਦੀ ਬਰਥਡੇ ਪਾਰਟੀ ਨੂੰ ਸੈਲੀਬ੍ਰੇਟ ਕਰਨਾ ਆ ਤੇ ਘਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਨੇ ਤੇ ਹਲਵਾਈ ਆਪਣਾ ਕੰਮ ਕਰਨ ਡਏ ਨੇ, ਟੈਂਟਾਂ ਵਾਲੇ ਆਪਣੀਆਂ ਚਾਂਦਨੀਆਂ ਕਲਾਤਾਂ ਲਾਉਣ ਡਏ ਨੇ। ਮਤਲਬ ਕਹਿਣ ਦਾ ਕੀ ਆ ਕਿ ਪ੍ਰੋਪਰ ਤਰੀਕੇ ਦੇ ਨਾਲ ਘਰ ਦੇ ਵਿੱਚ ਪੂਰੀ ਤਿਆਰੀ ਚੱਲਣ ਡਈ ਆ ਤੇ ਆਪਾਂ ਇਸ ਵਲੌਗ ਦੇ ਵਿੱਚ ਹਰ ਨਿੱਕੀ ਨਿੱਕੀ ਮੂਮੈਂਟ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਕੋਸ਼ਿਸ਼ ਮੈਂ ਪੂਰੀ ਕਰਾਂਗਾ। ਕਿਉਂ ਕਹਿੰਦਾ? ਹਾਂਜੀ, ਤੇ ਤੁਸੀਂ ਵਲੌਗ ਸਕਿੱਪ ਨਹੀਂ ਕਰਨਾ, ਲਾਸਟ ਤੱਕ ਸਾਰਾ ਵਲੌਗ ਦੇਖਣਾ ਆ ਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਹਰਕਿਰਤ ਦੀ ਬਰਥਡੇ ਪਾਰਟੀ ਵੇਖਣੀ ਆ। ਠੀਕ ਆ? ਹਾਂਜੀ, ਤੇ ਜਲਦੀ ਜਲਦੀ ਆਪਣਾ ਕੰਮ ਖਤਮ ਕਰੋ ਤੇ ਮੈਨੂੰ ਵੀ ਪਾਰਲਰ ਛੱਡ ਕੇ ਆਓ। ਓ ਮਾਈ ਗਾਡ, ਤੂੰ ਹੁਣ ਪਿੱਛੇ ਰਹਿ ਜੀ। ਠੀਕ ਆ, ਤੇ ਤੁਹਾਡੇ ਫੇਸ ਤੋਂ ਦੇਖ ਕੇ ਇਦਾਂ ਲੱਗਦਾ ਮੈਨੂੰ ਕਿ ਤੁਹਾਡੀ ਜਿੱਦਾਂ ਨੀਂਦ ਵੀ ਨਹੀਂ ਪੂਰੀ ਹੋਈ ਹੁੰਦੀ। ਨੀਂਦ ਕਿੱਦਾਂ ਪੂਰੀ ਹੋਣੀ ਆ, ਇੰਨੇ ਦਿਨਾਂ ਦੇ ਥੱਕੇ ਟੁੱਟੇ ਨੀਂਦ ਪੂਰੀ ਹੋਣੀ? ਕੋਈ ਗੱਲ ਨਹੀਂ, ਅੱਜ ਦਾ ਦੇਣੀ ਆ ਕੰਮ ਫਿਰ ਹੋ ਜਾਣਾ ਵੇਲੇ। ਹਾਂਜੀ ਠੀਕ ਆ, ਤੇ ਚਲੋ ਠੀਕ ਆ ਜੀ, ਅੱਜ ਵਾਲੇ ਵਲੌਗ ਦੀ ਆਪਾਂ ਕਰਨ ਲੱਗੇ ਹਾਂ ਜੀ ਸ਼ੁਰੂਆਤ, ਤੇ ਲਾਸਟ ਤੱਕ ਸਾਰਾ ਵਲੌਗ ਜ਼ਰੂਰ ਦੇਖਿਓ, ਸਕਿੱਪ ਨਹੀਂ ਕਰਨਾ, ਇਕੱਲੀ ਇਕੱਲੀ ਮੂਮੈਂਟ ਜਿਹੜੀ ਆ ਉਹ ਕੈਚ ਕਰਨੀ ਆ, ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਤੇ ਲਾਸਟ ਤੱਕ ਹਰਕਿਰਤਰੀ ਪਾਰਟੀ ਨੂੰ ਇੰਜੋਏ ਕਰਨਾ ਆ। ਤੇ ਕਰਦੇ ਹਾਂ ਜੀ ਵਲੌਗ ਦੀ ਸ਼ੁਰੂਆਤ, ਆਦੋ ਚੱਲੀਏ ਪਾਰਟੀ ਨੂੰ। ਕੰਮ ਹੋ ਗਿਆ? ਰੋਤਾਂ ਤੋਂ ਕੱਛਾਂ ਦੇ ਬਾਹਾਂ ਦੇ ਹੱਥ ਰੱਖ ਕੇ ਟੈਂਟਾਂ ਵਾਲੇ ਆ ਗਏ, ਉਹ ਡੇ ਸਮਾਨ ਲਾਉਣ ਆਪਣਾ ਨਾ ਜੀ, ਪਿੱਛੇ ਲਾ ਉਹਨਾਂ ਨੇ ਉੱਥੋਂ ਡੇ ਲਿਆ ਹੁਣ। ਕਿਰਤ ਅੱਜ ਕੀ ਆ? ਕਿਰਤ ਅੱਜ ਕੀ ਆ ਓਏ? ਵਾਹ, ਇਹ ਤਾਂ ਸੁੱਤਾ ਹੀ ਉੱਠਣ ਡਿਆ, ਉਹਨੂੰ ਸਮਝ ਨਹੀਂ ਲੱਗਣ ਡੀ ਬਣ ਕੀ ਗਿਆ ਆ। ਕਿਰਤ ਕੀ ਬਣ ਗਿਆ ਏ? ਹੈਂ ਓਏ, ਹੈਂ ਬੈਰੇ ਆ ਗਿਆ ਸਮਾਨ ਡੇ ਲਾਉਣ। ਚਾਵਾ ਚਾਵਾ ਚਾਵਾ, ਖਿੱਚ ਦੋ ਕੰਮ ਨੂੰ, ਖਿੱਚ ਦੋ, ਰੱਖ ਲੋ ਰੱਖ ਲੋ ਰੱਖ ਲੋ, ਮਿੰਟ ਲਾਓ ਮਿੰਟ। ਠੀਕ ਆ, ਤੁਸੀਂ ਇੰਨੇ ਦਿਨਾਂ ਤੇ ਅੱਗੇ ਵਿਹਲੇ ਤੁਰੇ ਫਿਰਨ ਡੇ ਜੇ? ਹੈਂ ਵਿਹਲੇ ਵਿਹਲੇ, ਸੋ ਇਹ ਗੱਲਬਾਤ ਆ ਜੀ, ਤਿਆਰੀ ਆਪਣੀ ਪੂਰੀ ਜ਼ੋਰਾਂ ਸ਼ੋਰਾਂ ਨਾਲ ਚੱਲਣ ਡਈ ਆ। ਹਲਵਾਈ ਆਪਣੇ ਸਾਰੇ ਆ ਗਏ, ਟੈਂਟ ਵਾਲਾ ਸਮਾਨ ਆ ਗਿਆ, ਆਪਣਾ ਕੰਮ ਜ਼ੋਰਾਂ ਸ਼ੋਰਾਂ 'ਚ ਕਰਤਾ ਸਟਾਰਟ ਇਹਨਾਂ ਨੇ, ਅਤੇ ਟੱਪ ਪਤੀਲੇ ਗੁਰਦੁਆਰਾ ਸਾਹਿਬ ਤੋਂ ਲੈਂਦੇ ਆ। ਸ਼ਾਬਾ ਸ਼ਾਬਾ,
ਹਾਂਜੀ ਸੋ ਗੱਲ ਇਦਾਂ ਹੈ ਕਿ ਘਰ ਆਪਣੀ ਪਾਰਟੀ ਦੀ ਪੂਰੀ ਤਿਆਰੀ ਚੱਲਣ ਡਈ ਆ ਤੇ ਕਿਰਨ ਹੁਣੀ ਆਏ ਸੀ ਪਾਰਲਰ 'ਚ ਤਿਆਰ ਹੋਣ ਵਾਸਤੇ ਤੇ ਮੈਨੂੰ ਉਹਨਾਂ ਫੋਨ ਕੀਤਾ ਵੀ ਨਾ ਵਾ ਆਪਾਂ ਤਿਆਰ ਹੋ ਗਏ ਤੇ ਸਾਨੂੰ ਲੈਣ ਆ ਜਾਓ ਤਾਂ ਕਰਕੇ ਹੁਣ ਮੈਂ ਆ ਗਿਆ ਜੀ ਇੱਥੇ ਕਿਰਨ ਹੋਣਾ ਨੂੰ ਲੈਣ ਤੇ ਆ ਜਾਓ ਦੇਖਦੇ ਹਾਂ ਭਲਾ ਹੁਣ ਕਿੱਦਾਂ ਦੇ ਪਾਰਲਰ 'ਚ ਬਣ ਕੇ ਨਿਕਲਦੇ ਕਿਉਂ ਮੈਂ ਤੇ ਆ ਜਾਓ ਚੱਲੀਏ ਲੈਣ ਉਹਨਾਂ ਨੂੰ ਹੁਣ ਹਾਂਜੀ ਸੋ ਇਹ ਆ ਜੀ ਕਲਾਸਿਕ ਬਿਊਟੀ ਸਲੂਨ ਜਿੱਥੇ ਕਿਰਨ ਆਈ ਆ ਤਿਆਰ ਹੋਣ ਵਾਸਤੇ ਤੇ ਚਲੋ ਦੇਖਦੇ ਹਾਂ ਕਿੱਦਾਂ ਦੀ ਲੁੱਕ ਬਣੀ ਫਿਰ ਕਿਰਨ ਦੀ ਮੈਂ ਹੈਲੋ ਹੋ ਗਏ ਤਿਆਰ ਬਿਲਕੁਲ ਜੀ ਬਿਲਕੁਲ ਇੱਧਰ ਵੇਖ ਵਾਹ ਜੀ ਵਾਹ ਓਕੇ ਰਿਪੋਰਟ ਆ ਪੂਰੀ ਭੁੱਖ ਲੱਗੀ ਆ ਕੋਈ ਗੱਲ ਨੀ ਵੇਟ ਹੋਣ ਦੀ ਘਰ ਤੁਹਾਡੀ ਵੇਖ ਲਾ ਤੇਰੇ ਸਾਹਮਣੇ ਮੈਂ ਨੀ ਹੋ ਜੇ ਤਿਆਰ ਹੋਇਆ ਤੈਨੂੰ ਮੈਂ ਪਹਿਲਾਂ ਲੈਣ ਆ ਗਿਆ ਕਰਨਾ ਕੀ ਤੈਨੂੰ ਪਤਾ ਘਰ ਥੋੜੇ ਕੰਮ ਹੁੰਦੇ ਆ ਸੋ ਅਸੀਂ ਪਹੁੰਚੇ ਹਾਂ ਜੀ ਇਸ ਟਾਈਮ ਕਲਾਸਿਕ ਬਿਊਟੀ ਸਲੂਨ ਦੇ ਵਿੱਚ ਤੇ ਦਰਾਂਗਲੇ ਸ਼ਹਿਰ ਦੇ ਵਿੱਚ ਆਏ ਤੇ ਤੁਸੀਂ ਜਦੋਂ ਵੀ ਕਿਤੇ ਦਰਾਂਗਲੇ ਆਓ ਜਾਂ ਗੁਰਦਾਸਪੁਰ ਆਓ ਤਾਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਕਿਰਨ ਹੁਣ ਸ਼ਾਮਾਂ ਇੱਥੇ ਪਾਉਣੀ ਆ ਚਲੀ ਗਏ ਫਿਰ ਸੋ ਪੂਰਾ ਕੰਮ ਰੈਡੀ ਆ ਤੇ ਕਿਰਨ ਚੱਲੀਏ ਫਿਰ ਹੁਣ ਚਲੋ ਚੱਲਦੇ ਹਾਂਜੀ ਸੋ ਕਿਰਨ ਹੁਣਾਂ ਨੂੰ ਆਪਾਂ ਲੈ ਲਿਆ ਆ ਪਾਰਲਰ ਦੇ ਵਿੱਚੋਂ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਸਿੱਧਾ ਘਰ ਜਾ ਕੇ ਚੱਲੀਏ
हरकेत का किरण का शूट चलन दिया इस टाइम तो आर्टिफिशियल पत्ते डाए जान दे किस करो किस करो किस करो कहते मम्मा रे किस करो मम्मा रे किस करो कहते मम्मा रे किसी करो मम्मा रे किसी करो मम्मा नु किसी करो इधर भी जी दोस्तों सो फाइनली अपना प्रोग्राम बहुत ही वधिया तरीके दे नाल कंप्लीट होया आ ते सारे जाने ने बहुत ज़्यादा इंजॉय किया ते एकदम शरीर हुण जड़ा पूरा थक चुका आ बस मुझे बिस्तरे चाहिए ते बहुत ही ज़्यादा इंजॉय किया सारे जाने ने मज़ा आ गया ते बाकी जिन्ना हो सकया आपां व्लॉग शूट किया आ तो तुसी सारे जाणिआं ने व्लॉग कमेंट करके दसना आ भी किदां दा लगा आ ते चलो जी आपां हुण इत्थे ही इस व्लॉग दा फिलहाल करदे आ एंड ते किरन मूंह दसण डिआ भी शरीर थक गया पूरा है बहुत ज़्यादा अपने घर च प्रोग्राम होए ना ते मत वज जांदी है दूजी गल ए ही कि तुसी झूठ मनना आ भी
इन्ना ज़्यादा मौसम खराब हो गया ना अज। चलो पहला तो जदों प्रोग्राम चलन रहा उदों तो हवा चलन रही, चलो ठीक रहा काम, पर जदों डीजे का टाइम आया, जदों थोड़ा नचण गाउण का टाइम आया, उदों मींह स्टार्ट हो गया। पर इन्ना शुक्र है कि वाहिगुरु ने लाज रखी है डी कि सारा काम जिहड़ा वा ओ वधिया तरीके नाल निपट गया। हाँ ते बस एहो थोड़ा जिहा काम खराब होया, जिदा बारिश दसी सी कि इन्नी परसेंट बारिश हाँ। हैगी है, आपा साडा दिल इदा इदा करदा है। सही गल है कि हुण पता नहीं की हो जाणा। ते बाकी जदों डीजे शुरू हो गया ना, मीह भी उसे टाइम शुरू हो गया पर फिर भी मीह दे विच अहीं वरदे मीह दे विच भंगड़ा पाया सारिया ने ਐ ਕਰਦੇ ਹਾਂ ਜੀ ਸਿਆਲ ਚ ਥੋੜਾ ਪੈਣਾ ਅਸੀਂ ਆਪਣੀ ਵਿਆਹ ਦੀ ਪੜਾਸ ਜਿਹੜੀ ਨਾ ਅੱਜ ਕੱਢੀ ਹਾਂ ਕਿਉਂਕਿ ਸਾਡੀ ਮੈਰਿਜ ਜਿਹੜੀ ਸੀ ਉਹ ਲੋਕਡਾਊਨ ਚ ਹੋਈ ਸੀ ਤੇ ਮੈਨੂੰ ਲੱਗਦਾ ਅੱਧਾ ਕੁ ਘੰਟਾ ਨਾ ਡੀਜ਼ੇ ਲੱਗੇ ਹੋਣੇ ਬਸ ਅੱਧਾ ਪੌਣਾ ਘੰਟਾ ਡੀਜ਼ੇ ਲੱਗਾ ਸੀ ਉਦੋਂ ਤੇ ਫਿਰ ਵਿਆਹ ਵਾਲੀਆਂ ਸਾਰੀਆਂ ਕਸਰਾਂ ਅੱਜ ਅਸੀਂ ਪੂਰੀਆਂ ਕੱਢੀਆਂ ਕੀਤੀਆਂ ਆ ਪਰ ਫੇਰ ਵੀ ਜੇ ਬਾਰਿਸ਼ ਨਾ ਨਾ ਹੁੰਦੀ ਤੇ 12 ਵੱਜ ਜਾਣੇ 12 ਵੱਜ ਜਾਣੇ ਪਰ ਮੈਨੂੰ ਲੱਗਦਾ 11 ਕੁ ਵਜੇ 11 ਵਜੇ 11 ਵਜੇ ਸੋ ਡੀਜ਼ੇ ਚੜਾ ਸੀ ਉਹ ਬੰਦ ਹੋ ਗਿਆ ਆਪਣਾ ਕਿਉਂਕਿ ਬਾਰਿਸ਼ ਬਹੁਤ ਹੀ ਜ਼ਿਆਦਾ ਤੇਜ਼ ਹੋ ਗਈ। ਪਹਿਲਾਂ ਦੇ 3-4 ਘੰਟੇ ਅਸੀਂ ਕੋਈ ਪ੍ਰਵਾਹ ਨਹੀਂ ਕੀਤੀ ਸ਼ਾਮਾਂ ਤੋਂ ਵੀ ਚੱਲ ਡੀਜੇ ਮੀਂਹ ਦੇ ਵਿੱਚ ਹੀ ਨੱਚੀ ਗਏ ਆਪਾਂ ਮੈਨੂੰ ਪਤਾ ਨਹੀਂ ਸਵੇਰੇ ਫੀਵਰ ਚੜ੍ਹਦਾ ਅਤੇ ਚਲੋ ਠੀਕ ਆ ਜੀ, ਕਰਦੇ ਹਾਂ ਫਿਰ ਅੱਜ ਵਾਲੇ ਵਲੋਗ ਦਾ ਇੱਥੇ ਹੀ ਐਂਡ ਅਤੇ ਮਿਲਦੇ ਹਾਂ ਫਿਰ ਹੁਣ ਤੁਹਾਨੂੰ ਆਪਾਂ ਜਲਦੀ ਹੀ ਇੱਕ ਨਵੀਂ ਵੈਬ ਸੀਰੀਜ਼ ਦੇ ਨਾਲ। ਓਕੇ ਜੀ, ਉਦੋਂ ਤੱਕ ਦਿਓ ਦੀ ਸਾਨੂੰ ਇਜਾਜ਼ਤ। ਬਾਏ 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 ਬਾਏ।